ਭਾਜੀ ਮੈਂ ਤੜਕੇ 3:20 ਤੇ ਉੱਠਿਆ, ਮੈਂ ਮਤਲਬ ਕਿ ਰੋਜ਼ਾਨਾ ਮਿਹਨਤ ਲਈ ਉੱਠਦਾ ਤੜਕੇ, ਅਤੇ ਅੱਜ ਵੀ ਇੱਦਾਂ ਹੀ 3:30 ਦੇ ਗੇੜ ਮੈਂ ਉੱਠਿਆ। ਮੈਂ ਬੂਹਾ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਬੂਹਾ ਬਾਹਰੋਂ ਬੰਦ ਸੀ, ਅਤੇ ਉਸ ਤੋਂ ਬਾਅਦ ਮੈਂ ਤਾਏ ਦੇ ਪੁੱਤਰ ਨੂੰ ਫੋਨ ਲਾਇਆ ਕਿ ਬੂਹਾ ਖੋਲ੍ਹ ਕੇ ਮੈਂ ਮਤਲਬ ਮਿਹਨਤ ਲਾਉਣ ਜਾਣਾ ਵਾ, ਅਤੇ ਤਾਏ ਦੇ ਪੁੱਤ ਆਇਆ ਅਤੇ ਉਹ ਆਉਂਦਾ ਕਿ ਬੂਹੇ ਅੰਦਰੋਂ ਬੰਦ ਆ, ਅਤੇ ਫਿਰ ਉਹ ਕਿਸੇ ਤਰੀਕੇ ਨਾਲ ਵੱਲੋਂ ਖਿੜਕੀ ਖੋਲ੍ਹ ਕੇ ਆਏ ਤੇ ਫਿਰ ਭਾਜੀ ਮੈਂ ਤੜਕੇ 3:20 ਤੇ ਉੱਠਿਆ, ਮੈਂ ਮਤਲਬ ਕਿ ਰੋਜ਼ਾਨਾ ਮਿਹਨਤ ਲਈ ਉੱਠਦਾ ਤੜਕੇ, ਅਤੇ ਅੱਜ ਵੀ ਇੱਦਾਂ ਹੀ 3:30 ਦੇ ਗੇੜ ਮੈਂ ਉੱਠਿਆ। ਮੈਂ ਬੂਹਾ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਬੂਹਾ ਬਾਹਰੋਂ ਬੰਦ ਸੀ, ਅਤੇ ਮੈਂ ਸੋਚਿਆ ਸ਼ਾਇਦ ਕਿ ਕਿਤੇ ਡੈਡੀ ਨੇ ਭੁਲੇਖਣਾ ਬੂਹਾ ਬੰਦ ਕਰਤਾ ਹੋਊਗਾ, ਅਤੇ ਮੈਂ ਬੁਲਾਇਆ, ਮੰਨ ਲਓ ਆਵਾਜ਼ ਦਿੱਤੀ, ਅਤੇ ਮੰਨ ਲਓ ਪੈਰਾਂ ਖੜਕਾਇਆ ਮੈਨੂੰ ਮਾੜਾ ਜਿਹਾ, ਐਨ ਲੱਗਾ ਕਿ ਜਿਵੇਂ ਕੋਈ ਬੂਹਾ ਖੁੱਲ੍ਹਣ ਲੱਗਾ ਹੁੰਦਾ, ਅਤੇ ਫਿਰ ਖੜਾਕਾ ਮੰਨ ਕੋ ਐਵੇਂ ਬਾਅਦ 'ਚ ਕੋਈ ਆਵਾਜ਼ ਨਹੀਂ ਆਈ, ਅਤੇ ਉਸ ਤੋਂ ਬਾਅਦ ਮੈਂ ਤਾਏ ਦੇ ਪੁੱਤ ਨੂੰ ਫੋਨ ਲਾਇਆ ਕਿ ਬੂਹਾ ਖੋਲ੍ਹ ਕੇ ਮੈਂ ਮਤਲਬ ਮਿਹਨਤ ਲਾਉਣ ਜਾਣਾ ਵਾ, ਅਤੇ ਤਾਏ ਦੇ ਪੁੱਤ ਆਇਆ ਅਤੇ ਉਹ ਆਉਂਦਾ ਕਿ ਬੂਹੇ ਅੰਦਰੋਂ ਬੰਦ ਆ, ਅਤੇ ਫਿਰ ਉਹ ਕਿਸੇ ਤਰੀਕੇ ਨਾਲ ਵੱਲੋਂ ਖਿੜਕੀ ਖੋਲ੍ਹ ਕੇ ਆਏ ਅਤੇ ਫਿਰ ਅੰਦਰ ਆ ਗਏ। ਜਦੋਂ ਮੇਰਾ ਬੂਹਾ ਖੋਲ੍ਹਿਆ ਦੇਖਿਆ ਤਾਂ ਸਾਰੇ ਚੋਰੀ ਹੋਈ ਪਈ। ਕਿੰਨਾ ਨੁਕਸਾਨ ਆ ਭਾਈ? 2,70,000 ਲੱਗਦਾ ਕੈਦੀ ਦੇ, 10 ਤੋਲੇ ਸੋਨਾ ਹੈ। ਕੋਈ ਦਰਖਾਸਤ ਦਿੱਤੀ? ਹਾਂਜੀ ਭਾਜੀ ਦਿੱਤੀ ਆ, ਹੋਈ ਕਾਰਵਾਈ? ਹਾਂਜੀ ਭਾਜੀ, ਕਹਿਣ ਦਾ ਆ ਸਾਹਿਬ ਕੀ ਕਾਰਵਾਈ ਜ਼ਰੂਰ ਕਰਾਂਗੇ, ਖੇਤੀ ਚੱਲੀ ਅੱਗੇ ਪਤਾ ਕਰਾਂਗੇ। ਕੋਈ ਦਰਖਾਸਤ ਦਿੱਤੀ? ਹੋਈ ਕਾਰਵਾਈ? ਹੋਈ ਆਈ ਹੈ ਪੁਲਿਸ ਆਈ ਮੌਕੇ ਤੇ? ਕੀ ਮੰਗ ਕੀ ਕਰਦੇ? ਜਿਹੜੀ ਰਕਮ ਇਹ ਘਰ ਕਾਹਦੇ ਲਈ ਰੱਖੀ? 30,00,000 ਰੁਪਈਆ ਤੇ ਜਦੋਂ ਇਹ ਘਟਨਾ ਵਾਪਰੀ ਤੁਹਾਨੂੰ ਕੋਈ ਪਤਾ ਨੀ ਲੱਗਾ? ਕੋਈ ਪਤਾ ਨੀ ਲੱਗਾ ਭਾਈ, ਪੇਠਾ ਸੁੱਤਾ ਸੀ ਅੰਦਰ ਤੇ ਉਹਨਾਂ ਵੀ ਅਰਲਾ ਲਾਇਆ ਸੀ, ਜਦੋਂ ਉਹਨੇ ਫੋਨ ਲਾਇਆ ਅੰਦਰੋਂ ਬੂਹਾ ਵੱਜਾ, ਬੂਹਾ ਖੋਲੋ, 3:15 ਦਾ ਟਾਈਮ ਸੀ, ਉਦੋਂ ਅਸੀਂ ਬੂਹਾ ਬਾਹਰੋਂ ਵੇਖਿਆ ਤੇ ਕੁੰਡੀਆਂ ਲੱਗੀਆਂ ਸਾਰੀਆਂ। ਬੂਹੇ ਦਾ ਤੁਹਾਨੂੰ ਕਿਵੇਂ ਪਤਾ ਲੱਗਾ ਬੂਹਾ ਬੰਦ? ਬੂਹੇ ਦਾ ਭਾਈ ਬੰਦ ਪਤਾ ਇਸ ਤਰ੍ਹਾਂ ਲੱਗਾ, ਜਦੋਂ ਅਸੀਂ ਬੂਹੇ ਬਾਹਰੋਂ ਖੋਲਣ ਪਏ ਹਾਂ ਤੇ ਬੂਹੇ ਬੰਦ ਸੀ, ਤੇ ਬਾਅਦ ਦੇ ਵਿੱਚ ਇੱਕ ਵਾਰੀ ਨਿੱਕੀ ਜਿਹੀ ਖੁੱਲੀ, ਉਹਦੇ ਵੇਖ ਲਈ ਅਸੀਂ ਭਤੀਜਾ ਮੈਂ ਆਪਦਾ ਲੰਘਾਇਆ, ਉਹਨੇ ਫਿਰ ਬਾਅਦ 'ਚ ਜਾ ਕੇ ਮੁੰਡੇ ਦਾ ਬੂਹਾ ਖੋਲਿਆ ਲਿਆ, ਬੂਹੇ ਜਿਹੜੇ ਮੇਨ ਸੀ ਉਹੀ ਉਹਨੇ ਖੋਲੇ ਬਾਅਦ 'ਚ। ਕੋਈ ਦਰਖਾਸਤ ਦਿੱਤੀ ਇਸ ਸੰਬੰਧੀ? ਦਿੱਤੀ ਆਈ ਦਰਖਾਸਤ ਮੁਲਾਜ਼ਮਾਂ ਨੂੰ। ਹਾਂਜੀ ਸਰ, ਤੁਸੀਂ ਮੌਕੇ ਤੇ ਪਹੁੰਚੇ, ਕਿੰਨਾ ਕੁ ਨੁਕਸਾਨ ਹੋਇਆ ਤੇ ਕੀ ਗੱਲ ਹੋਈ? ਰਣਜੀਤ ਸਿੰਘ ਦਾ ਥਾਣਾ ਪੌੜੀ ਤੇ ਪਿੰਡ ਪੁਰਾਣਾ ਦਾ ਹੈ, ਦੋ ਤਿੰਨ ਘਰ ਤੇ ਸਾਨੂੰ ਸਲਾਹ ਮਿਲੀ ਹੈ ਕਿ ਰਾਤ ਚੋਰੀ ਹੋਈ ਹੈ, ਉੱਥੇ ਆਏ ਹਾਂ, ਉਹਨਾਂ ਦੇ ਦੱਸਣ ਮੁਤਾਬਕ 10 ਤੋਲੇ ਸੋਨਾ ਤੇ 2,70,000 ਰੁਪਏ ਜਿਹੜਾ ਉਹ ਰਾਤੀ ਹੈ ਇਹਨਾਂ ਦੇ ਘਰੋਂ ਚੋਰੀ ਕਰਕੇ ਆਉਂਦਾ ਹੈ। ਸਰ ਕੀਤਾ ਮਾਮਲਾ ਦਰਜ? ਕਰ ਰਹੇ ਜੀ ਕਰਕੇ ਜਿਹੜੇ ਦੋਸ਼ੀ ਉਹਨਾਂ ਨੇ ਜਲਦੀ ਕੀਤਾ।